ਪਟਿਆਲਾ ਵਿੱਚ ਲੰਘੇ ਦਿਨੀ ਦੋ ਨੌਜਵਾਨਾਂ ਵੱਲੋਂ ਲੁੱਟ ਦੀ ਨੀਅਤ ਨਾਲ ਇੱਕ ਰਾਹ ਜਾਂਦੀ ਮਹਿਲਾ 'ਤੇ ਹਮਲਾ ਕੀਤਾ ਗਿਆ, ਜਿਸ ਵਿੱਚ ਮਹਿਲਾ ਦੀ ਬਾਂਹ ਤੋੜ ਦਿੱਤੀ ਅਤੇ ਸਿਰ ਵਿੱਚ ਵੀ ਸੱਟਾਂ ਮਾਰੀਆਂ ਗਈਆਂ। ਜਾਂਚ ਮਗਰੋਂ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਦੋਵੇਂ ਨੌਜਵਾਨ ਚੰਗੇ ਘਰਾਂ ਨਾਲ ਸੰਬੰਧ ਨੇ, ਇੱਕ ਕੋਲ 4 ਕਿੱਲੇ ਅਤੇ ਇੱਕ ਕੋਲ 10 ਕਿੱਲੇ ਨੇ। ਘਰੋਂ ਚੰਗੇ ਹੋਣ ਦੇ ਬਾਵਜੂਦ ਕਿਉਂ ਵਾਰਦਾਤ ਨੂੰ ਅੰਜਾਮ ਦਿੱਤਾ, ਇਹ ਤੱਥ ਵੀ ਬਹੁਤ ਹੈਰਾਨੀ ਵਾਲੇ ਨੇ। ਪੁਲਿਸ ਅਨੁਸਾਰ ਦੋਵੇਂ ਮੁਲਜ਼ਮਾਂ ਵਿੱਚੋਂ ਇੱਕ ਦੀ ਪਤਨੀ ਦਾ ਜਨਮ ਦਿਨ ਸੀ ਅਤੇ ਉਸਦਾ ਫੋਨ ਵੀ ਖਰਾਬ ਹੋ ਚੁੱਕਿਆ ਸੀ, ਇਸ ਲਈ ਉਸਨੂੰ ਮਹਿੰਗਾ ਗਿਫਟ ਦੇਣ ਲਈ ਦੋਵਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਦੋਨੋਂ ਨੌਜਵਾਨ 30 ਤੋਂ 35 ਸਾਲ ਦੀ ਉਮਰ ਹੈ ਇਹਨਾਂ ਦੀ। ਇਹਨਾਂ ਦੇ ਵਿੱਚੋਂ ਇੱਕ ਜਗਦੀਪ ਸਿੰਘ ਪਾਲੀ ਅਤੇ ਦੂਜੇ ਦਾ ਨਾਮ ਹੈ ਮਨਜੀਤ ਸਿੰਘ ਉਰਫ ਸੋਨੀ। ਦੋਨੋਂ ਬਹਿਲ ਪਿੰਡ ਥਾਣਾ ਸਦਰ ਪਟਿਆਲਾ ਦੇ ਰਹਿਣ ਵਾਲੇ ਨੇ ਅਤੇ ਇਹਨਾਂ ਤੋਂ ਅਸੀਂ ਵਾਰਦਾਤ ਦੇ ਵਿੱਚ ਵਰਤਿਆ ਹੋਇਆ ਡੰਡਾ ਅਤੇ ਜਿਹਦੇ ਨਾਲ ਉਹਨਾਂ ਨੇ ਲੇਡੀ ਦੇ ਸਿਰ 'ਤੇ ਵਾਰ ਕੀਤਾ ਸੀ ਅਤੇ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਯੂਜ਼ ਕੀਤਾ ਸੀ ਉਹ ਦੋਨੋਂ ਬਰਾਮਦ ਕਰਵਾ ਚੁੱਕੇ ਹਾਂ। ਅਸੀਂ ਹੁਣ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਤੇ ਅੱਗੇ ਦੀ ਇਨਵੈਸਟੀਗੇਸ਼ਨ ਕਰਾਂਗੇ ਕਿ ਉਹ ਇਸ ਤਰ੍ਹਾਂ ਦੀਆਂ ਹੋਰ ਕਿੰਨੀਆਂ ਵਾਰਦਾਤਾਂ 'ਚ ਇਨਵੋਲਵਡ ਨੇ। ਉਹਦਾ ਮੇਨ ਜਿਹੜੀ ਹੁਣ ਤੱਕ ਗੱਲ ਸਾਹਮਣੇ ਆਈ ਹੈ ਤਫਤੀਸ਼ ਤੋਂ ਇਹ ਸੀ, ਮਨਜੀਤ ਸਿੰਘ ਹੈ ਜਿਹੜਾ ਉਹਦੀ ਘਰਵਾਲੀ ਦਾ 2-3 ਦਿਨ ਪਹਿਲਾਂ ਜਨਮ ਦਿਨ ਸੀ ਅਤੇ ਉਹ ਆਪਣੀ ਘਰਵਾਲੀ ਨੂੰ ਫੋਨ 'ਤੇ ਕੁਝ ਗਿਫਟ ਲੈ ਕੇ ਦੇਣਾ ਚਾਹੁੰਦਾ ਸੀ, ਇਹਦੇ ਕੋਲ ਪੈਸੇ ਹੈ ਨਹੀਂ ਸੀ, ਇਸ ਕਰਕੇ ਇਹਨਾਂ ਨੇ ਸਲਾਹ ਬਣਾਈ ਵੀ ਕੋਈ ਖੋਹ ਕਰਕੇ ਕਿਸੇ ਤੋਂ ਫੋਨ ਅਤੇ ਨਾਲ ਹੀ ਪਰਸ ਵਗੈਰਾ ਖੋਹ ਕਰਕੇ ਤਾਂ ਕਿ ਜਿਹੜੇ ਪੈਸੇ ਹੋਣਗੇ ਆਪਣੀ ਵਾਈਫ ਨੂੰ ਗਿਫਟ ਲੈ ਕੇ ਦੇ ਦੂੰਗਾ। ਅਤੇ ਇਹਨਾਂ ਨੂੰ ਇਹ ਸੀਗਾ ਕਿ ਰਹਿਣ ਵਾਲੇ ਬਹੁਤ ਦੂਰ ਦੇ ਨੇ, ਵੀ ਇਹਨਾਂ ਨੂੰ ਵੀ ਪੁਲਿਸ ਨੂੰ ਆਈਡੀਆ ਨਹੀਂ ਹੋਊਗਾ ਅਤੇ ਵੀ ਇਹ ਫੜੇ ਨਹੀਂ ਜਾਣਗੇ, ਇਸ ਕਰਕੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਸਾਡੇ ਸਵੇਰੇ ਜਦੋਂ ਇਹ ਵਾਰਦਾਤ ਕਰਕੇ ਵਾਪਸ ਜਾ ਰਹੇ, ਸਾਡੇ ਜਿਹੜੇ ਉਸ ਟਾਈਮ PCR 'ਤੇ ਤੈਨਾਤ ਮੁਲਾਜ਼ਮ ਸੀ, ਉਹਨਾਂ ਨੇ ਦੇਖਿਆ ਕਿ ਦੋ ਮੁੰਨੇ ਨੌਜਵਾਨ ਮੋਟਰਸਾਈਕਲ 'ਤੇ ਬੜੀ ਸਪੀਡ ਨਾਲ ਜਾ ਰਹੇ ਨੇ ਅਤੇ ਹੱਥ 'ਚ ਡੰਡਾ ਫੜਿਆ ਹੋਇਆ, ਵੀ ਲੱਗਦਾ ਇਹ ਕੋਈ ਗਲਤ ਮਨਸੂਬੇ ਨਾਲ ਜਾ ਰਹੇ ਨੇ, ਇਸ ਕਰਕੇ ਉਹਨਾਂ ਨੇ ਇਹਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ। ਕਾਫੀ ਦੇਰ ਤੱਕ ਕਰਦੇ ਵੀ ਰਹੇ, ਪਰ ਸਟੇਟ ਕਾਲਜ ਦੇ ਕੋਲ ਜਾ ਕੇ ਇਹ ਗਲੀਆਂ ਦੇ ਵਿੱਚ ਅੱਗੇ ਗਾਇਬ ਹੋ ਗਏ, ਉਸ ਤੋਂ ਬਾਅਦ ਨਹੀਂ ਉਹ ਪਿੱਛਾ ਕਰ ਸਕੇ। ਬਟ ਉਸ ਚੀਜ਼ ਤੋਂ ਸਾਨੂੰ ਇਹਨਾਂ ਦਾ ਕਾਫੀ ਆਈਡੀਆ ਹੋ ਗਿਆ ਵੀ ਕੌਣ ਬੰਦੇ ਸੀ, ਕਿਸ ਸਾਈਡ ਨੂੰ ਗਏ ਨੇ। ਫੈਮਿਲੀ ਬੈਕਗ੍ਰਾਉਂਡ ਕੀ ਹੈ ਸਰ ਦੋਨੋਂ ਦੀ? ਜਿਹੜੇ ਵੈਸੇ ਤਾਂ ਦੋਨਾਂ ਦੇ ਪਰਿਵਾਰਕ ਖੇਤੀ ਕਰਦੇ ਨੇ ਅਤੇ ਇੱਕ ਦੇ ਪਰਿਵਾਰ ਕੋਲ 4 ਕਿੱਲੇ ਜ਼ਮੀਨ ਹੈ, ਦੂਜੇ ਕੋਲ ਸ਼ਾਇਦ 10 ਕਿੱਲੇ ਜ਼ਮੀਨ ਹੈ। ਪਰਿਵਾਰਕ ਬੈਕਗ੍ਰਾਉਂਡ ਤੋਂ ਇੰਨਾ ਪ੍ਰੋਬਲਮ ਨਹੀਂ ਹੈਗੀ, ਬਟ ਇਹਨਾਂ ਨੂੰ ਇਹੀ ਅਸੀਂ ਵੈਰੀਫਾਈ ਕਰਨਾ ਵੀ ਇਹ ਇਸ ਤਰੀਕੇ ਦਾ ਆਈਡੀਆ ਇਹਨਾਂ ਦੇ ਦਿਮਾਗ ਦੇ ਵਿੱਚ ਕਿੱਥੋਂ ਆਇਆ। ਦੋਸ਼ੀਆਂ ਦੀ ਪਹਿਚਾਣ ਜਗਦੀਪ ਸਿੰਘ ਉਰਫ ਪਾਲੀ ਅਤੇ ਮਨਜੀਤ ਸਿੰਘ ਉਰਫ ਸੋਨੀ ਪਿੰਡ ਬਹਿਲ ਦੇ ਨਿਵਾਸੀਆਂ ਵਜੋਂ ਹੋਈ ਹੈ ਅਤੇ ਦੋਵਾਂ ਨੂੰ ਗ੍ਰਿਫਤਾਰ ਕਰਵਾਉਣ ਵਿੱਚ CCTV ਕੈਮਰਾ ਅਤੇ ਪੁਲਿਸ ਦੀ ਗਸ਼ਤ ਟੀਮ ਦੀ ਵੀ ਅਹਿਮ ਭੂਮਿਕਾ ਰਹੀ ਹੈ। ਪੁਲਿਸ ਵੱਲੋਂ ਦੋਵਾਂ ਨੂੰ ਕਾਬੂ ਕਰਕੇ ਹੋਰ ਜਾਂਚ ਕੀਤੀ ਜਾ ਰਹੀ ਹੈ। ਘਰੋਂ ਚੰਗੇ ਹੋਣ ਦੇ ਬਾਵਜੂਦ ਕਿਉਂ ਦੋਵੇਂ ਜੁਰਮ ਦੇ ਰਾਹ ਤੁਰੇ, ਇਸ ਬਾਰੇ ਵੀ ਜਾਣਕਾਰੀ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਟਿਆਲਾ ਤੋਂ ਅਨੁਰਾਗ ਸ਼ਰਮਾ ਨਾਲ ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ January 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।